ਐਕਸਰਸਾਈਜ਼ ਦੇ ਕੁਐਸਚਨਸ ਨੂੰ ਕਰਨ ਤੋਂ ਪਹਿਲਾਂ ਗਲੋਸਰੀ ਦੇ ਵਿੱਚ ਕੁਝ ਵਰਡਸ ਇਹ ਦੱਸੇ ਗਏ ਨੇ, ਇਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਐਕਸਰਸਾਈਜ਼ ਦੇ ਜੋ ਕੁਐਸਚਨਸ ਨੇ ਉਹਨਾਂ ਨੂੰ ਅਸੀਂ ਕਰਾਂਗੇ। ਹਾਂਜੀ, ਪਹਿਲਾ ਵਰਡ ਹੈ ਐਲਵਸ, ਇਹ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਡਵਾਰਫ ਕ੍ਰੀਏਚਰਸ ਔਫ ਫੇਰੀ ਟੇਲਸ, ਡਵਾਰਫ ਹੁੰਦਾ ਹੈ ਬੋਣਾ, ਕ੍ਰੀਏਚਰ ਹੁੰਦਾ ਹੈ ਜੀਵ, ਅਤੇ ਫੇਰੀ ਟੇਲਸ ਹੁੰਦੀਆਂ ਹੈ ਪਰੀਆਂ ਦੀਆਂ ਕਹਾਣੀਆਂ। ਤਾਂ ਪਰੀਆਂ ਦੀਆਂ ਕਹਾਣੀਆਂ ਦੇ ਵਿੱਚ ਜਿਹੜੇ ਬੋਣੇ ਲੋਕ ਹੁੰਦੇ ਨੇ, ਬੋਣੇ ਜੋ ਜੀਵ ਹੁੰਦੇ ਨੇ, ਉਹਨਾਂ ਨੂੰ ਅਸੀਂ ਉਹਨਾਂ ਵਾਸਤੇ ਜੋ ਵਰਡ ਯੂਜ਼ ਕਰਦੇ ਹਾਂ ਉਹ ਹੈ ਐਲਵਸ। ਸੈਕਿੰਡ ਹੈ ਸ਼ੂਮੇਕਰ, ਅ ਪਰਸਨ ਹੂ ਮੇਕਸ ਸ਼ੂਜ਼, ਵੀ ਜਿਹੜਾ ਜੁੱਤੇ ਬਣਾਉਣ ਵਾਲਾ ਹੁੰਦਾ ਹੈ ਉਸਨੂੰ ਅਸੀਂ ਸ਼ੂਮੇਕਰ ਕਹਿੰਦੇ ਹਾਂ, ਜਿਸਨੂੰ ਕਿ ਅਸੀਂ ਮੋਚੀ ਵੀ ਕਹਿੰਦੇ ਹਾਂ। ਥਰਡ ਹੈ ਜੀ ਅਸਲੀਪ, ਇਨ ਅ ਸਟੇਟ ਆਫ ਸਲੀਪ, ਵੀ ਸੌਂਦੇ ਹੋਏ ਦੀ ਇੱਕ ਤਰ੍ਹਾਂ ਦੀ ਅਵਸਥਾ ਕਹਿ ਸਕਦੇ ਹਾਂ, ਵੀ ਬੰਦਾ ਅਗਰ ਕੋਈ ਸੋ ਰਿਹਾ ਹੈ ਤਾਂ ਉਹ ਜੋ ਸਟੇਟ ਹੈ, ਯਾਨੀ ਕਿ ਉਹ ਜੋ ਉਸ ਟਾਈਮ ਕੰਡੀਸ਼ਨ ਹੈ, ਤਾਂ ਉਸਨੂੰ ਅਸੀਂ ਅਸਲੀਪ ਕਹਿ ਸਕਦੇ ਹਾਂ। ਹਾਂਜੀ, ਫੋਰਥ ਹੈ ਜੀ ਕੁਆਇਟ, ਇਸਨੂੰ ਦੱਸਿਆ ਗਿਆ ਹੈ ਕੰਪਲੀਟਲੀ, ਤਾਂ ਕੰਪਲੀਟਲੀ ਦਾ ਮਤਲਬ ਹੁੰਦਾ ਹੈ ਵੀ ਪੂਰਾ ਕਰ ਦੇਣਾ ਕਿਸੇ ਵੀ ਕੰਮ ਨੂੰ, ਠੀਕ ਹੈ, ਵੀ ਪੂਰਾ ਹੋ ਜਾਣਾ ਕਿਸੇ ਕੰਮ ਦਾ। ਫਿਫਥ ਹੈ ਨੀਟਲੀ, ਅਤੇ ਇਸਨੂੰ ਲਿਖਿਆ ਗਿਆ ਹੈ ਨਾਈਸਲੀ, ਇਸਨੂੰ ਅਸੀਂ ਸਾਫ਼ ਸੁਥਰਾ ਵੀ ਕਹਿ ਸਕਦੇ ਹਾਂ ਅਤੇ ਚੰਗੇ ਤਰੀਕੇ ਨਾਲ ਜੋ ਹੈ ਕਿਸੇ ਕੰਮ ਦਾ ਜੋ ਹੈ ਖਤਮ ਹੋਣਾ ਜਾਂ ਪੂਰਾ ਹੋਣਾ ਉਹ ਵੀ ਕਹਿ ਸਕਦੇ ਹਾਂ। ਨੀਟਲੀ ਦਾ ਮੀਨਿੰਗ ਹੁੰਦਾ ਹੈ ਵੈਸੇ ਸਾਫ਼ ਅਤੇ ਸੁਥਰਾ, ਅਤੇ ਨਾਈਸਲੀ ਹੁੰਦਾ ਹੈ ਵੀ ਕਿਸੇ ਕੰਮ ਦਾ ਚੰਗਾ ਹੋਣਾ, ਤਾਂ ਸਾਫ਼ ਸੁਥਰੇ ਢੰਗ ਨਾਲ ਜਾਂ ਚੰਗੇ ਤਰੀਕੇ ਨਾਲ ਜੋ ਹੈ ਕਿਸੇ ਕੰਮ ਨੂੰ ਕਰਨਾ। ਸਿਕਸਥ ਹੈ ਜੀ ਮਾਸਟਰਪੀਸ, ਆਊਟਸਟੈਂਡਿੰਗ ਵਰਕ, ਵੀ ਕਿਸੇ ਵੀ ਕਲਾ ਦੇ ਵਿੱਚ ਸਭ ਤੋਂ ਵਧੀਆ ਕੰਮ, ਠੀਕ ਹੈ, ਜਿਵੇਂ ਕਿ ਐਲਵਸ ਨੇ ਜੋ ਚਮੜੇ ਤੋਂ ਯਾਨੀ ਕਿ ਲੈਦਰ ਤੋਂ ਜੋ ਸ਼ੂਜ਼ ਬਣਾਏ ਸੀ ਉਹ ਇੱਕ ਮਾਸਟਰਪੀਸ ਸੀ, ਵੀ ਜੋ ਇਹ ਸ਼ੂਜ਼ ਬਣਾਉਣ ਦੀ ਜੋ ਆਰਟ ਹੈ ਉਸ ਦੇ ਵਿੱਚ ਵੀ ਸਭ ਤੋਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਜੋ ਹੈ ਸ਼ੂਜ਼ ਬਣਾਏ ਸੀ, ਇੱਕ ਵੀ ਜੋ ਹੈ ਸਟਿਚ ਯਾਨੀ ਕਿ ਟਾਂਕਾ ਜੋ ਸਿਲਾਈ ਸੀ ਉਹ ਜੋ ਹੈ ਗਲਤ ਤਰੀਕੇ ਨਾਲ ਨਹੀਂ ਲੱਗੀ ਹੋਈ ਸੀ, ਤਾਂ ਉਸਨੂੰ ਅਸੀਂ ਮਾਸਟਰਪੀਸ ਕਹਿ ਸਕਦੇ ਹਾਂ। ਵੀ ਕਿਸੇ ਵੀ ਕਲਾ ਦਾ ਸਭ ਤੋਂ ਵਧੀਆ ਕੰਮ ਉਸਨੂੰ ਅਸੀਂ ਆਊਟਸਟੈਂਡਿੰਗ ਵਰਕ ਜਾਂ ਮਾਸਟਰਪੀਸ ਕਹਿੰਦੇ ਹਾਂ। ਹਾਂਜੀ, ਕੁਸ਼ਚਨ ਨੰਬਰ 1 ਹੈ ਜੀ ਵਾਜ਼ ਦਾ ਸ਼ੂਮੇਕਰ ਰਿਚ ਔਰ ਪੂਅਰ, ਇਹ ਅਸੀਂ ਐਕਸਰਸਾਈਜ਼ ਦੇ ਜੋ ਕੁਸ਼ਚਨਸ ਨੇ ਉਹ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਕੁਸ਼ਚਨ ਨੰਬਰ 1 ਹੈ ਵਾਜ਼ ਦਾ ਸ਼ੂਮੇਕਰ ਰਿਚ ਔਰ ਪੂਅਰ, ਵੀ ਜੋ ਸ਼ੂਮੇਕਰ ਸੀ ਯਾਨੀ ਕਿ ਜੋ ਮੋਚੀ ਸੀ ਉਹ ਅਮੀਰ ਸੀ ਜਾਂ ਗਰੀਬ ਸੀ, ਤਾਂ ਇਹਦਾ ਆਂਸਰ ਹੈ ਦਾ ਸ਼ੂਮੇਕਰ ਵਾਜ਼ ਪੂਅਰ, ਵੀ ਜੋ ਸ਼ੂਮੇਕਰ ਸੀ ਯਾਨੀ ਕਿ ਜੋ ਮੋਚੀ ਸੀ ਉਹ ਕਾਫੀ ਗਰੀਬ ਸੀ। ਸੈਕਿੰਡ ਕੁਸ਼ਚਨ ਹੈ ਜੀ ਵਟ ਡਿਡ ਹੀ ਡੂ ਬਿਫੋਰ ਹੀ, ਇੱਥੇ ਫੈਲ ਅਸਲੀਪ ਆਉਣਾ ਚਾਹੀਦਾ ਹੈ, ਫੋਲ ਨਹੀਂ ਫੈਲ ਆਉਣਾ ਚਾਹੀਦਾ ਹੈ। ਵਟ ਡਿਡ ਹੀ ਡੂ ਬਿਫੋਰ ਹੀ ਫੈਲ ਅਸਲੀਪ, ਵੀ ਉਸਨੇ ਸੌਣ ਤੋਂ ਪਹਿਲਾਂ ਕੀ ਜੋ ਹੈ ਉਸਨੇ ਕੀਤਾ ਸੀ, ਸੌਣ ਤੋਂ ਪਹਿਲਾਂ ਉਸਨੇ ਕੀ ਕੀਤਾ ਸੀ, ਆਂਸਰ ਹੈ ਬਿਫੋਰ ਹੀ ਫੈਲ ਅਸਲੀਪ ਹੀ ਪ੍ਰੇਡ ਟੂ ਗੋਡ ਐਂਡ ਆਸਕਡ ਟੂ ਹੈਲਪ ਹਿਮ, ਉਸਨੇ ਯਾਨੀ ਕਿ ਸ਼ੂਮੇਕਰ ਨੇ ਮੋਚੀ ਨੇ ਸੌਣ ਤੋਂ ਪਹਿਲਾਂ ਪਰਮਾਤਮਾ ਨੂੰ ਅਰਦਾਸ ਕੀਤੀ ਸੀ, ਠੀਕ ਹੈ, ਪ੍ਰੇ ਹੁੰਦਾ ਹੈ ਅਰਦਾਸ ਕਰਨਾ, ਅਤੇ ਗੋਡ ਹੋ ਗਿਆ ਪਰਮਾਤਮਾ, ਠੀਕ ਹੈ, ਅਤੇ ਸ਼ੂਮੇਕਰ ਨੇ ਮੋਚੀ ਨੇ ਜੋ ਹੈ ਸੌਣ ਤੋਂ ਪਹਿਲਾਂ ਪਰਮਾਤਮਾ ਨੂੰ ਅਰਦਾਸ ਕੀਤੀ ਸੀ ਅਤੇ ਉਹਨਾਂ ਤੋਂ ਜੋ ਹੈ ਹੈਲਪ ਯਾਨੀ ਕਿ ਮਦਦ ਮੰਗੀ ਸੀ। ਐਂਡ ਆਸਕਡ ਟੂ ਹੈਲਪ ਹਿਮ ਮੀਨਸ ਵੀ ਜੋ ਸ਼ੂਮੇਕਰ ਹੈ ਉਸਨੇ ਗੋਡ ਤੋਂ ਜੋ ਹੈ ਯਾਨੀ ਕਿ ਪਰਮਾਤਮਾ ਤੋਂ ਜੋ ਹੈ ਮਦਦ ਮੰਗੀ ਸੀ। ਕੁਸ਼ਚਨ ਨੰਬਰ 3 ਹੈ ਹੂ ਹੈਲਪਡ ਦਾ ਸ਼ੂਮੇਕਰ, ਵੀ ਜੋ ਸ਼ੂਮੇਕਰ ਸੀ ਉਹਦੀ ਮਦਦ ਕਿਹਨੇ ਕੀਤੀ, ਆਂਸਰ ਟੂ ਲਿਟਲ ਐਲਵਸ ਹੈਲਪਡ ਦਾ ਸ਼ੂਮੇਕਰ, ਦੋ ਨਿੱਕੇ ਜਿਹੇ ਮਨੁੱਖ ਜਾਂ ਦੋ ਬੋਣੇ ਕਹਿ ਸਕਦੇ ਹਾਂ ਅਸੀਂ, ਉਹਨਾਂ ਨੇ ਜੋ ਹੈ ਸ਼ੂਮੇਕਰ ਦੀ ਯਾਨੀ ਕਿ ਮੋਚੀ ਦੀ ਜੋ ਹੈ ਹੈਲਪ ਕੀਤੀ ਯਾਨੀ ਕਿ ਮਦਦ ਕੀਤੀ। ਕੁਸ਼ਚਨ ਨੰਬਰ 4 ਵਟ ਡਿਡ ਦ ਵੂਮੈਨ ਡੂ ਫੋਰ ਦ ਐਲਵਸ, ਜੋ ਸ਼ੂਮੇਕਰ ਦੀ ਜੋ ਵਾਈਫ ਸੀ ਉਸਨੇ ਬੋਣਿਆਂ ਵਾਸਤੇ ਕੀ ਕੁਝ ਜੋ ਹੈ ਬਣਾਇਆ ਸੀ ਉਹਨਾਂ ਨੂੰ ਗਿਫਟਸ ਦੇਣ ਵਾਸਤੇ, ਤਾਂ ਅਸੀਂ ਇਹਦਾ ਆਂਸਰ ਲਿਖਾਂਗੇ
ਇਹਦਾ ਫੋਂਟ ਸਾਈਜ਼ ਥੋੜ੍ਹਾ ਜਿਹਾ ਸਮਾਲ ਹੈ ਯਾਨੀ ਕਿ ਛੋਟਾ ਹੈ, ਤਾਂ ਮੈਂ ਤੁਹਾਨੂੰ ਇਨਕਰੀਜ਼ ਕਰਕੇ ਦਿਖਾ ਦਿੰਦਾ ਹਾਂ। ਹਾਂਜੀ, ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਸ਼ੀ ਮੇਡ ਲਿਟਲ ਸ਼ਰਟਸ, ਉਸਨੇ ਨਿੱਕੀਆਂ ਜੀਆਂ ਕਮੀਜ਼ਾਂ, ਸ਼ਰਟਸ ਹੋ ਗਿਆ ਕਮੀਜ਼ਾਂ, ਕੋਟਸ ਜਿਹੜੇ ਸਰਦੀ ਦੇ ਵਿੱਚ ਅਸੀਂ ਕੋਟ ਪਾਉਂਦੇ ਹਾਂ, ਵੈਸਟ ਯਾਨੀ ਕਿ ਬਨੀਆਨ, ਟਰਾਊਜ਼ਰਸ ਯਾਨੀ ਕਿ ਪਜਾਮਾ ਕਹਿ ਸਕਦੇ ਹਾਂ ਜਾਂ ਲੰਬੀ ਪੈਂਟ ਕਹਿ ਸਕਦੇ ਹਾਂ ਇਸਨੂੰ, ਐਂਡ ਏ ਪੇਅਰ ਆਫ ਸੋਕਸ ਫੋਰ ਦੈਮ, ਅਤੇ ਜੁਰਾਬਾਂ ਦੇ ਜੋੜੇ। ਇਹ ਸਭ ਜੋ ਹੈ, ਜੋ ਸ਼ੂ ਮੇਕਰ ਦੀ ਵਾਈਫ ਸੀ ਉਸਨੇ ਜੋ ਹੈ ਉਹਨਾਂ ਐਲਫਸ ਵਾਸਤੇ, ਬੋਣਿਆਂ ਵਾਸਤੇ ਜੋ ਹੈ ਬਣਾਏ ਸੀ। ਨੋਟ ਡਾਊਨ ਕਰ ਸਕਦੇ ਹੋ ਤੁਸੀਂ, ਸ਼ੀ ਮੇਡ ਲਿਟਲ ਸ਼ਰਟਸ, ਕੋਟਸ, ਵੈਸ, ਟਰਾਊਜ਼ਰਸ ਐਂਡ ਏ ਪੇਅਰ ਆਫ ਸੋਕਸ ਫੋਰ ਦੈਮ। ਅਗਲਾ ਫਿਫਥ ਕੁਐਸਚਨ ਹੈ ਜੀ, ਵਟ ਡਿਡ ਦਾ ਮੈਨ ਮੇਕ ਫੋਰ ਦੈਮ। ਇੱਥੇ ਮੈਨ ਤੋਂ ਭਾਵ ਕੀ ਹੈ, ਜੋ ਸ਼ੂ ਮੇਕਰ ਹੈ, ਠੀਕ ਹੈ, ਵੀ ਜੋ ਸ਼ੂ ਮੇਕਰ ਸੀ ਉਸਨੇ ਐਲਫਸ ਵਾਸਤੇ ਕੀ ਕੁਝ ਕੀਤਾ ਸੀ। ਦਾ ਮੈਨ ਮੇਡ ਟੂ ਲਿਟਲ ਪੇਅਰਸ ਆਫ ਸ਼ੂਜ਼ ਫੋਰ ਦੈਮ, ਵੀ ਜੋ ਸ਼ੂ ਮੇਕਰ ਸੀ ਉਸਨੇ ਜੋ ਹੈ ਦੋ ਜੋੜੇ ਜੁੱਤਿਆਂ ਦੇ, ਜਿਨ੍ਹਾਂ ਦਾ ਸਾਈਜ਼ ਜੋ ਹੈ ਲਿਟਲ ਸੀ ਯਾਨੀ ਕਿ ਸਮਾਲ ਸੀ, ਛੋਟਾ ਸੀ, ਠੀਕ ਹੈ, ਨਿੱਕੇ ਜੇ ਦੋ ਜੋੜੇ ਜੁੱਤੇ ਜੋ ਹੈ ਉਸਨੇ ਐਲਫਸ ਵਾਸਤੇ, ਬੋਣਿਆਂ ਵਾਸਤੇ ਜੋ ਹੈ ਬਣਾਏ ਸੀ ਸ਼ੂ ਮੇਕਰ ਨੇ। ਦਾ ਮੈਨ ਮੇਡ ਟੂ ਲਿਟਲ ਪੇਅਰਸ ਆਫ ਸ਼ੂਜ਼ ਫੋਰ ਦੈਮ। ਨੈਕਸਟ ਹੈ, ਸਾਨੂੰ ਕੁਝ ਵਰਡਸ ਦਿੱਤੇ ਗਏ ਹੈ, ਉਹਨਾਂ ਵਰਡਸ ਤੋਂ ਸਾਨੂੰ ਜੋ ਹੈ ਸੈਂਟੈਂਸਿਸ ਬਣਾਉਣੇ ਹੈ। ਮੇਕ ਸੈਂਟੈਂਸਿਸ ਯੂਜ਼ਿੰਗ ਦਾ ਗਿਵਨ ਵਰਡਸ, ਇਹਨਾਂ ਵਰਡਸ ਦਾ ਯੂਜ਼ ਕਰਕੇ ਸਾਨੂੰ ਸੈਂਟੈਂਸਿਸ ਜੋ ਹੈ ਬਣਾਉਣੇ ਹੈ। ਪਹਿਲਾ ਹੈ ਸ਼ੂ ਮੇਕਰ, ਦਾ ਸ਼ੂ ਮੇਕਰ ਵਾਸ ਪੂਅਰ, ਅਸੀਂ ਸੈਂਟੈਂਸ ਬਣਾਇਆ ਹੈ ਵੀ ਜੋ ਸ਼ੂ ਮੇਕਰ ਸੀ ਉਹ ਜੋ ਹੈ ਕਾਫੀ ਗਰੀਬ ਸੀ। ਤਾਂ ਦਾ ਸ਼ੂ ਮੇਕਰ ਵਾਸ ਪੂਅਰ, ਇਹ ਜੋ ਹੈ ਸੈਂਟੈਂਸ ਹੈ ਅਤੇ ਵਰਡ ਕੀ ਹੈ, ਸ਼ੂ ਮੇਕਰ। ਹਾਂਜੀ, ਸੈਕਿੰਡ ਹੈ ਮੋਰਨਿੰਗ, ਇਸ ਦਾ ਜੋ ਫੋਂਟ ਸਾਈਜ਼ ਹੈ ਉਹ ਸਮਾਲ ਹੈ, ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਮੈਂ ਸਾਈਜ਼ ਇਨਕਰੀਜ਼ ਕਰ ਦਿੰਦਾ ਹਾਂ। ਸਾਡੇ ਕੋਲ ਵਰਡ ਹੈ ਮੋਰਨਿੰਗ, ਮੋਰਨਿੰਗ ਦਾ ਯੂਜ਼ ਕਰਕੇ ਅਸੀਂ ਜੋ ਹੈ ਸੈਂਟੈਂਸ ਬਣਾਉਣਾ ਹੈ। ਨੋਟ ਡਾਊਨ ਕਰ ਸਕਦੇ ਹੋ ਤੁਸੀਂ ਇੱਥੇ। ਹਾਂਜੀ, ਇਨ ਦਾ ਮੋਰਨਿੰਗ, ਇਨ ਦਾ ਮੋਰਨਿੰਗ ਦਾ ਸ਼ੂ ਮੇਕਰ ਫਾਊਂਡ ਏ ਵੰਡਰਫੁਲ ਪੇਅਰ ਆਫ ਸ਼ੂਜ਼ ਔਨ ਹਿਜ਼ ਟੇਬਲ। ਮੈਂ ਫਿਰ ਤੋਂ ਰਿਪੀਟ ਕਰ ਦਿੰਦਾ ਹਾਂ, ਇਨ ਦਾ ਮੋਰਨਿੰਗ ਵੀ ਸਵੇਰ ਦੇ ਵਿੱਚ, ਦਾ ਸ਼ੂ ਮੇਕਰ ਫਾਊਂਡ, ਫਾਊਂਡ ਹੁੰਦਾ ਹੈ ਮਿਲਣਾ, ਵੀ ਜੋ ਸ਼ੂ ਮੇਕਰ ਸੀ, ਮੋਚੀ ਸੀ, ਉਸਨੂੰ ਮਿਲਿਆ ਇਹ ਵੰਡਰਫੁਲ, ਵੰਡਰਫੁਲ ਹੁੰਦਾ ਹੈ ਸ਼ਾਨਦਾਰ, ਪੇਅਰ ਆਫ ਸ਼ੂਜ਼ ਜੁੱਤਿਆਂ ਦਾ ਜੋੜਾ, ਔਨ ਹਿਸ ਟੇਬਲ, ਆਪਣੇ ਮੇਜ਼ 'ਤੇ ਜੋ ਹੈ ਜੁੱਤਿਆਂ ਦਾ ਇੱਕ ਸ਼ਾਨਦਾਰ ਜੋੜਾ ਜੋ ਹੈ ਸ਼ੂ ਮੇਕਰ ਨੂੰ ਮੋਰਨਿੰਗ ਦੇ ਵਿੱਚ ਮਿਲਿਆ ਸੀ। ਹਾਂਜੀ, ਨੈਕਸਟ ਵਰਡ ਹੈ ਈਵਨਿੰਗ, ਜੋ ਥਰਡ ਜੋ ਵਰਡ ਹੈ ਉਹ ਹੈ ਈਵਨਿੰਗ। ਤਾਂ ਇਸ ਦਾ ਜੋ ਸੈਂਟੈਂਸ ਹੈ ਦੇਖ ਸਕਦੇ ਹੋ, ਇਨ ਦਾ ਈਵਨਿੰਗ ਦਾ ਸ਼ੂ ਮੇਕਰ, ਵੀ ਸ਼ਾਮ ਦੇ ਵਿੱਚ ਸ਼ੂ ਮੇਕਰ ਨੂੰ, ਸ਼ੂ ਮੇਕਰ ਨੇ, ਦਾ ਸ਼ੂ ਮੇਕਰ ਕੱਟ ਆਊਟ ਦਾ ਲੈਦਰ, ਵੀ ਸ਼ਾਮ ਦੇ ਵਿੱਚ ਜੋ ਸ਼ੂ ਮੇਕਰ ਸੀ ਉਸਨੇ ਚਮੜਾ ਕੱਟ ਕੇ ਰੱਖਿਆ ਸੀ, ਉਸਨੇ ਜਾਂ ਫਿਰ ਚਮੜਾ ਕੱਟਿਆ ਸੀ, ਇੱਦਾਂ ਵੀ ਕਹਿ ਸਕਦੇ ਹਾਂ। ਨੋਟ ਡਾਊਨ ਕਰ ਸਕਦੇ ਹੋ ਤੁਸੀਂ, ਇਨ ਦਾ ਈਵਨਿੰਗ ਦਾ ਸ਼ੂ ਮੇਕਰ ਕੱਟ ਆਊਟ ਦਾ ਲੈਦਰ, ਵੀ ਜੋ ਈਵਨਿੰਗ ਦੇ ਵਿੱਚ, ਸ਼ਾਮ ਦੇ ਵਿੱਚ ਸ਼ੂ ਮੇਕਰ ਨੇ ਚਮੜਾ ਕੱਟਿਆ ਸੀ। ਫੋਰਥ ਵਰਡ ਹੈ ਰੂਮ, ਤਾਂ ਇਸ ਤੋਂ ਅਸੀਂ ਜੋ ਸੈਂਟੈਂਸ ਬਣਾਉਣਾ ਹੈ ਉਹ ਹੈ, ਦਾ ਸ਼ੂ ਮੇਕਰ ਐਂਡ ਹਿਸ ਵਾਈਫ ਹਿਡ ਦੈਮਸੈਲਵਸ ਇਨ ਏ ਕੋਰਨਰ ਆਫ ਦਾ ਰੂਮ, ਵੀ ਜੋ ਸ਼ੂ ਮੇਕਰ ਸੀ ਅਤੇ ਉਹਦੀ ਵਾਈਫ ਸੀ, ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਕਮਰੇ ਦੇ ਕੋਰਨਰ ਦੇ ਵਿੱਚ ਯਾਨੀ ਕਿ ਕਮਰੇ ਦੇ ਕੋਨੇ ਦੇ ਵਿੱਚ ਜੋ ਹੈ ਛੁਪਾ ਲਿਆ ਸੀ, ਲੁਕੋ ਲਿਆ ਸੀ। ਦਾ ਸ਼ੂ ਮੇਕਰ ਐਂਡ ਹਿਸ ਵਾਈਫ ਹਿਡ ਦੈਮਸੈਲਵਸ ਇਨ ਏ ਕੋਰਨਰ ਆਫ ਦਾ ਰੂਮ। ਨੈਕਸਟ ਫਿਫਥ ਵਰਡ ਹੈ ਕੋਬਲਰ,
कोबलर ते शूमेकर। कोबलर दा मीनिंग जो है वो भी जो है मोची ही हुंदा है, ठीक है। कोबलर दा मीनिंग भी जो है मोची ही हुंदा है। इस तो जो मैं सेंटेंस बनाया है देख सकते हो तुसी, द कोबलर इज रिपेयरिंग द शूज। देखो मोची दा काम की हुंदा है, असी मोची कोल कदों जाने हाँ जदों सानू अपने जूतियां दी कुछ रिपेयर करवानी हुंदी है, भी कोई सानू जो है स्टिचिंग करवानी हुंदी है, कोई टांका लगवाना हुंदा है, ता ही असी रिपेयर वास्ते जो है मतलब जूतियां दी जो है वो असी मोची कोल जांदे हुन्ने हाँ। तो मैं सेंटेंस बनाया है द कोबलर इज रिपेयरिंग द शूज, भी जो मोची है वो जो है शूज दी रिपेयरिंग कर रहा है, यानी कि शूज नू जूतियां नू ठीक कर रहा है। सिक्स्थ है वर्ड हेल्प। ता हेल्प तो असी सेंटेंस बना सकते हाँ, टू लिटल एलव्स हेल्प द शूमेकर, भी जो दो बोने सी ठीक है, दो निक्के मनुखा ने बोनिया ने शूमेकर दी यानी कि मोची दी हेल्प यानी कि मदद कीती। सेवंथ वर्ड है शूज। इस तो सेंटेंस ए है जी, द शूमेकर मेड टू लिटल पेयर्स ऑफ शूज फॉर द एलव्स, भी जो शू मेकर सी उसने जो है दो निक्के जोड़े जो है जूतियां दे बनाए एलव्स वास्ते यानी कि बोनिया वास्ते। हाँ जी, तो ये जो है सेंटेंसेस हैं तुसी नोट डाउन कर सकते हो, जे तुसी स्क्रीनशॉट लेना है ले सकते हो, ये सेंटेंसेस हैं तुहाडे सामने नोट डाउन कर लो जी इन्हें जल्दी। हाँ जी, लेफ्ट साइड ते वर्ड्स हैं शूमेकर मॉर्निंग इवनिंग रूम कोबलर हेल्प शूज, ते राइट साइड ते इन्हें वर्ड्स का यूज करके असी सेंटेंसेस बनाए हैं। ऑब्जेक्टिव टाइप क्वेश्चंस हैं, सानू तीन आंसर्स दिते गए होंगे, उन्हें जो सही आंसर सानू जो है वो चूज करना है। चूज द करेक्ट वर्ड आउट ऑफ द थ्री ऑप्शंस। हाँ जी, फर्स्ट क्वेश्चन है द शूमेकर एंड हिज वाइफ वर, भी जो शूमेकर है ते उसकी वाइफ वो की सी, मतलब देखो पहला जो ए ऑप्शन है उस लिखा है वेरी रिच, वेरी रिच मतलब कि बहुत ज़्यादा अमीर सी। बी ऑप्शन है पुअर, भी वो गरीब सन। सी ऑप्शन है नाइदर रिच नोर पुअर। नाइदर ते नोर जो ये वर्ड यूज हुए हैं इन्हों का मीनिंग होंगे भी नहीं, भी नाइदर रिच भी ना तो वो अमीर सन नोर पुअर यानी कि ना ही वो गरीब सन, जिन्होंने असी मिडल क्लास भी कह देने होंने हाँ। तो नहीं, इन्हों के जो ऑप्शन बी है वो करेक्ट है, द शूमेकर एंड हिज वाइफ वर पुअर, भी जो मोची सी ते उदी वाइफ सी वो दोवें जो है काफी गरीब सन। सेकंड क्वेश्चन है जी, द नेक्स्ट मॉर्निंग द शूमेकर फाउंड डैश पेयर ऑफ शूज। सेकेंड क्वेश्चन है जी, द नेक्स्ट मॉर्निंग द शूमेकर फाउंड डैश पेयर ऑफ शूज, भी अगली सवेर नू जो है शूमेकर नू पेयर ऑफ शूज भी किन्ने जो है जोड़े जो है जूतियां दे मिले सी टेबल दे ऊपर यानी कि मेज दे ऊपर। तां इदा आंसर है, देखो इन्होंने सानू ऑप्शंस दिते हैं, ऑप्शन ए है 1, ऑप्शन बी है 2, ऑप्शन सी है 3। तो सानू पता है भी उसनू शू मेकर नू एक जोड़े जूतियां दे मिले सी सवेर नू टेबल दे ऊपर। ये पहली सवेर दी गल हो रही है जदों वो काफ़ी उदास सी, ते रात दे विच यानी कि नाइट दे विच वो जो है गॉड नू प्रे करके सुत्ता सी, हेल्प मंगी सी उसने गॉड तो। उस तो अगली जड़ी पहली सवेर सी ठीक है, उस वक्त उसनू जो है 1 पेयर ऑफ शूज भी एक जोड़े जूतियां दे जो है शूमेकर नू
ਯਾਨੀ ਕਿ ਮੋਚੀ ਨੂੰ ਜੋ ਹੈ ਮਿਲੇ ਸੀ ਟੇਬਲ ਦੇ ਉੱਤੇ ਪਏ ਹੋਏ। ਇਹਦਾ ਆਂਸਰ ਹੈ ਜੀ ਆਪਸ਼ਨ ਏ ਵਨ। ਨੈਕਸਟ ਕੁਐਸਚਨ ਹੈ ਜੀ, ਡੈਸ਼ ਕੇਮ ਇਨ ਟੂ ਦਾ ਰੂਮ ਐਟ ਮਿਡਨਾਈਟ, ਵੀ ਅੱਧੀ ਰਾਤ ਨੂੰ ਕਮਰੇ ਦੇ ਵਿੱਚ ਕੌਣ ਆਇਆ ਸੀ? ਆਪਸ਼ਨ ਏ ਏ ਕੋਬਲਰ, ਕੋਬਲਰ ਮੈਂ ਪਹਿਲਾਂ ਵੀ ਦੱਸਿਆ ਹੈ ਮੋਚੀ ਨੂੰ ਕਿਹਾ ਜਾਂਦਾ ਹੈ। ਆਪਸ਼ਨ ਬੀ ਹੈ ਟੂ ਐਲਵਸ, ਵੀ ਦੋ ਬੌਣੇ ਯਾਨੀ ਕਿ ਦੋ ਨਿੱਕੇ ਮਨੁੱਖ ਵੀ ਕਹਿ ਸਕਦੇ ਹਾਂ। ਆਪਸ਼ਨ ਸੀ ਹੈ ਟੂ ਡੋਗਸ, ਵੀ ਦੋ ਕੁੱਤੇ ਆਏ ਸੀ। ਠੀਕ ਹੈ, ਤਾਂ ਆਪਸ਼ਨ ਸਾਨੂੰ ਪਤਾ ਹੈ ਇਹਦਾ ਆਂਸਰ ਕੀ ਹੈ, ਦੋ ਨਿੱਕੇ ਮਨੁੱਖ ਜਿਨ੍ਹਾਂ ਨੂੰ ਅਸੀਂ ਬੌਣੇ ਵੀ ਕਿਹਾ ਹੈ। ਤਾਂ ਟੂ ਐਲਵਸ ਜੋ ਹੈ ਕੇਮ ਇਨ ਟੂ ਦਾ ਰੂਮ ਐਟ ਮਿਡਨਾਈਟ, ਵੀ ਅੱਧੀ ਰਾਤ ਨੂੰ ਦੋ ਨਿੱਕੇ ਮਨੁੱਖ ਜੋ ਹੈ ਉਹ ਕਮਰੇ ਦੇ ਵਿੱਚ ਆਏ ਸੀ। ਕੁਐਸਚਨ ਨੰਬਰ 4 ਹੈ, ਦਾ ਮੈਨ ਮੇਡ ਡੈਸ਼ ਫੋਰ ਦਾ ਐਲਵਸ, ਵੀ ਜੋ ਸ਼ੂ ਮੇਕਰ ਸੀ ਉਸਨੇ ਐਲਵਸ ਵਾਸਤੇ ਬੌਣਿਆਂ ਵਾਸਤੇ ਕੀ ਬਣਾਇਆ ਸੀ? ਆਪਸ਼ਨ ਏ ਟੂ ਲਿਟਲ ਪੇਅਰਸ ਆਫ ਸ਼ੂਜ਼, ਵੀ ਦੋ ਨਿੱਕੇ ਜੋੜੇ ਜੁੱਤਿਆਂ ਦੇ। ਆਪਸ਼ਨ ਬੀ ਟੂ ਟੇਬਲਸ ਐਂਡ ਵਨ ਚੇਅਰ, ਦੋ ਮੇਜ਼ ਅਤੇ ਇੱਕ ਕੁਰਸੀ। ਆਪਸ਼ਨ ਸੀ ਟੂ ਚੇਅਰਸ ਐਂਡ ਵਨ ਟੇਬਲ, ਦੋ ਕੁਰਸੀਆਂ ਅਤੇ ਇੱਕ ਮੇਜ਼। ਤਾਂ ਇਹਦਾ ਆਂਸਰ ਹੈ ਜੀ ਆਪਸ਼ਨ ਏ ਟੂ ਲਿਟਲ ਪੇਅਰਸ ਆਫ ਸ਼ੂਜ਼, ਵੀ ਜੋ ਸ਼ੂ ਮੇਕਰ ਸੀ ਉਸਨੇ ਦੋ ਜੋੜੇ ਜੋ ਹੈ ਜੁੱਤਿਆਂ ਦੇ ਨਿੱਕੇ ਜਿਹੇ ਬਣਾਏ ਸੀ ਐਲਵਸ ਵਾਸਤੇ ਬੋਣਿਆਂ ਵਾਸਤੇ। ਦ ਮੈਨ ਮੇਡ ਟੂ ਲਿਟਲ ਪੇਅਰਸ ਆਫ ਸ਼ੂਜ਼ ਫੋਰ ਦਾ ਐਲਵਸ। ਹਾਂਜੀ, ਇਹ ਵੋਕੈਬਲਰੀ ਹੈ, ਤੁਸੀਂ ਵੇਖ ਸਕਦੇ ਹੋ। ਰਾਈਟ ਦਾ ਨੇਮਸ ਆਫ ਦਾ ਫੋਲੋਇੰਗ, ਤਾਂ ਇਹਦੇ ਵਿੱਚ ਸਾਨੂੰ ਜੋ ਹੈ ਪਿਕਚਰਸ ਵਿਖਾਈਆਂ ਗਈਆਂ ਨੇ, ਸਾਨੂੰ ਪਿਕਚਰਸ ਨੂੰ ਵੇਖ ਕੇ ਜੋ ਹੈ ਆਂਸਰ ਕਰਨਾ ਹੈ। ਤਾਂ ਮੈਂ ਪਹਿਲਾਂ ਵੀ ਇਹ ਕੁਐਸਚਨ ਜੋ ਹੈ ਤੁਹਾਨੂੰ ਵਿਖਾਇਆ ਸੀ ਤਾਂ ਕਿ ਤੁਹਾਨੂੰ ਸਮਝ ਆ ਸਕੇ ਵੀ ਸ਼ਰਟ ਕੀ ਹੈ, ਕੋਟ ਕੀ ਹੈ, ਵੈਸਟ ਕੀ ਹੈ, ਸੋਕਸ ਕੀ ਨੇ। ਤਾਂ ਜੋ ਪਹਿਲੀ ਪਿਕਚਰ ਹੈ ਉਹਦੇ ਵਿੱਚ ਸਾਨੂੰ ਸ਼ਰਟ ਦਿਖਾਈ ਗਈ ਹੈ, ਅਗਲੀ ਪਿਕਚਰ ਦੇ ਵਿੱਚ ਸਾਨੂੰ ਕੋਟ ਵਿਖਾਇਆ ਗਿਆ ਹੈ, ਫਿਰ ਇਸ ਤੋਂ ਬਾਅਦ ਸਾਨੂੰ ਇਹ ਜੋ ਹੈ ਵੈਸਟ ਜੋ ਹੈ ਵਿਖਾਈ ਗਈ ਹੈ। ਵੈਸਟ ਦਾ ਮੀਨਿੰਗ ਜੋ ਹੈ ਬਨਿਆਨ ਹੁੰਦਾ ਹੈ, ਸੋਕਸ ਯਾਨੀ ਕਿ ਜੁਰਾਬਾਂ ਹੋ ਗਈਆਂ। ਠੀਕ ਹੈ, ਸੋਕਸ ਦਾ ਮੀਨਿੰਗ ਹੈ ਜੁਰਾਬਾਂ। ਠੀਕ ਹੈ, ਜਿਹੜਾ ਕਿ ਅਸੀਂ ਪੈਰਾਂ ਦੇ ਵਿੱਚ ਪਾਉਂਦੇ ਹੁੰਦੇ ਹਾਂ ਜੁਰਾਬਾਂ, ਵੈਸਟ ਯਾਨੀ ਕਿ ਬਨਿਆਨ। ਹਾਂਜੀ, ਕੈਪ ਯਾਨੀ ਕਿ ਟੋਪੀ ਹੋ ਗਈ, ਅਤੇ ਕੈਪ ਦਾ ਮੀਨਿੰਗ ਜੋ ਹੈ ਉਹ ਟੋਪੀ ਹੈ, ਅਤੇ ਟਰਾਊਜ਼ਰਸ ਇੱਕ ਲੰਬਾ ਪਜਾਮਾ ਵੀ ਕਹਿ ਸਕਦੇ ਹਾਂ, ਅਤੇ ਇੱਕ ਲੰਬੀ ਪੈਂਟ ਨੂੰ ਵੀ ਕਹਿ ਸਕਦੇ ਹਾਂ, ਪੈਂਟ ਵੀ ਹੁੰਦੀ ਹੈ, ਅਤੇ ਪਜਾਮੇ ਨੂੰ ਵੀ ਜੋ ਹੈ ਟਰਾਊਜ਼ਰ ਕਹਿ ਸਕਦੇ ਹਾਂ, ਲੰਬੀ ਪੈਂਟ ਜਾਂ ਲੰਬਾ ਪਜਾਮਾ, ਲੰਬੀ ਪੈਂਟ ਜਾਂ ਲੰਬੇ ਪਜਾਮੇ ਨੂੰ ਟਰਾਊਜ਼ਰ ਕਿਹਾ ਜਾਂਦਾ ਹੈ।